ਸਤਿ ਸ਼੍ਰੀ ਅਕਾਲ ਵੀਰੋ। ਵੀਰੋ, ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਕੂਰਮੋ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਨਾਲ ਹੀ ਇਸ ਘੰਟੀ ਦੇ ਬਟਨ ਨੂੰ ਦਬਾ ਦਿਉ ਤਾਂ ਕਿ ਜੋ ਸਭ ਤੋਂ ਪਹਿਲਾਂ ਵੀਡੀਓ ਆਵੇ ਉਹ ਤੁਹਾਡੇ ਤੱਕ ਪਹੁੰਚ ਸਕੇ। ਅਤੇ ਧੰਨਵਾਦ ਸਾਡੇ ਚੈਨਲ ਦੇ ਨਾਲ ਜੁੜੇ ਰਹਿਣ ਲਈ ਅਤੇ ਜੁੜੇ ਰਹੋ। ਸਤਿ ਸ਼੍ਰੀ ਅਕਾਲ ਵੀਰੋ। ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਪਸੰਦ ਦੇ ਵਿੱਚ। ਵੀਰੋ, ਅੱਜ ਅਸੀਂ ਤੁਹਾਡੇ ਲਈ ਟਰੈਕਟਰ ਦੇ ਵਪਾਰ ਸੰਬੰਧੀ ਕੁਝ ਜ਼ਰੂਰੀ ਗੱਲਾਂ ਲੈ ਕੇ ਆਏ ਹਾਂ। ਵੀਰੋ, ਜੇ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਤਾਂ ਤੁਸੀਂ ਇਹ ਆਪਣੇ ਵਿੱਕੀ ਭਾਅ ਜੀ ਨੇ ਦਸੂਹੇ ਤੋਂ ਇਹਨਾਂ ਦੇ ਨਾਲ ਇੱਕ ਵਾਰੀ ਕਨੈਕਟ ਜ਼ਰੂਰ ਕਰੋ। ਇਹਨਾਂ ਦਾ ਜੋ ਮੋਬਾਈਲ ਨੰਬਰ ਹੈ ਉਹ ਹੈ 88 476 21 520, ਅਤੇ ਦੂਸਰਾ ਮੋਬਾਇਲ ਨੰਬਰ ਹੈ ਜੋ ਉਹ ਹੈ 98 140 21 877। ਇਹ ਭਾਅ ਜੀ ਵਿੱਕੀ ਭਾਅ ਜੀ ਅਤੇ ਮੰਗੀ ਭਾਅ ਜੀ ਦੋਨੋਂ ਇਕੱਠੇ ਕੰਮ ਕਰਦੇ ਆ, ਸਾਂਝਾ ਕੰਮ ਹੈ ਅਤੇ ਦਲਾਲੀ ਬੇਸ 'ਤੇ ਕੰਮ ਕਰਦੇ ਆ। ਤੁਸੀਂ ਕਿਹੋ ਜਿਹਾ ਵੀ ਟਰੈਕਟਰ ਖਰੀਦਣਾ ਹੋਵੇ, ਵੱਡਾ ਟਰੈਕਟਰ ਜਾਂ ਛੋਟਾ ਟਰੈਕਟਰ, ਜ਼ਿਆਦਾ ਰੇਟ ਵਾਲਾ ਜਾਂ ਘੱਟ ਰੇਟ ਵਾਲਾ, ਹਰ ਪ੍ਰਕਾਰ ਦੇ ਟਰੈਕਟਰ ਜੋ ਇੱਥੇ ਮਿਲਦੇ ਆ, ਪੂਰੀ ਤਸੱਲੀ ਦੇ ਨਾਲ ਟਰੈਕਟਰ ਜੋ ਦਵਾਇਆ ਜਾਂਦਾ, ਪੂਰੇ ਕਾਗਜ਼ ਵਗੈਰਾ ਚੈੱਕ ਕਰਕੇ। ਅਤੇ ਵੀਰੋ, ਇਹ ਜੰਮੂ ਕਸ਼ਮੀਰ ਦੇ ਸਪੈਸ਼ਲਿਸਟ ਬੰਦੇ ਨੇ, ਉੱਥੋਂ ਵੀ ਇਹ ਟਰੈਕਟਰ ਵਿਕਾਉਂਦੇ ਨੇ ਅਤੇ ਉੱਥੇ ਹੀ ਉੱਥੋਂ ਵੀ ਦਵਾਉਂਦੇ ਨੇ। ਕਿ ਆਲ ਇੰਡੀਆ ਦਾ ਕੰਮ ਹੈ ਵੀਰੇ ਇਹਨਾਂ ਦਾ। ਕਿਹੋ ਜਿਹਾ ਟਰੈਕਟਰ ਕਿਸੇ ਨੰਬਰ ਦਾ ਕੋਈ ਵੀ ਟਰੈਕਟਰ ਖਰੀਦਣਾ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਹੈ ਜੋ ਕਰ ਸਕਦੇ ਹੋ। ਅਤੇ ਟਰੈਕਟਰ ਤੋਂ ਇਲਾਵਾ ਜੇ ਕੋਈ ਹੋਰ ਵੀ ਤੁਸੀਂ ਖੇਤੀਬਾੜੀ ਵਾਲਾ ਸੰਦ ਖਰੀਦਣਾ ਤਾਂ ਤੁਸੀਂ ਬੇਝਿਜਕ ਹੋ ਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਬਹੁਤ ਹੀ ਸੋਹਣਾ ਕੰਮ ਹੈ ਵੀਰਾਂ ਦਾ, ਪੂਰੀ ਤਸੱਲੀ ਨਾਲ ਟਰੈਕਟਰ ਜੋ ਦਵਾਉਂਦੇ ਨੇ। ਹਾਂਜੀ ਵੀਰੋ, ਤੁਹਾਨੂੰ ਇੱਕ ਵਾਰੀ ਫੇਰ ਦੱਸ ਦੇ ਵੀ ਇਹਨਾਂ ਦਾ ਦਲਾਲੀ ਬੇਸ 'ਤੇ ਜੋ ਕੰਮ ਹੈ ਅਤੇ ਹਰ ਪ੍ਰਕਾਰ ਦਾ ਟਰੈਕਟਰ ਇਹ ਦਵਾਉਂਦੇ ਆ ਅਤੇ ਵਿਕਾਉਂਦੇ ਆ। ਅਤੇ ਵੀਰੋ, ਜੇ ਤੁਸੀਂ ਟਰੈਕਟਰ ਲੈਣ ਦੀ ਸਲਾਹ ਕਰ ਰਹੇ ਹੋ ਜਾਂ ਤੁਸੀਂ ਆਪਦਾ ਟਰੈਕਟਰ ਵੇਚਣ ਦੀ ਸਲਾਹ ਕਰ ਰਹੇ ਹੋ ਤਾਂ ਤੁਸੀਂ ਇੱਕ ਵਾਰ ਇਹਨਾਂ ਦੇ ਨਾਲ ਕੰਟੈਕਟ ਜ਼ਰੂਰ ਕਰੋ। ਬਹੁਤ ਵਧੀਆ ਕੰਮ ਹੈ ਵੀਰਾਂ ਦਾ, ਪੂਰਾ ਤਸੱਲੀ ਵਾਲਾ ਕੰਮ ਹੈ। ਤੁਹਾਡਾ ਟਰੈਕਟਰ ਪੂਰਾ ਵਿਕਾਉਣਗੇ ਜਾਂ ਤੁਸੀਂ ਲੈਣਾ ਹੈ ਤਾਂ ਦਵਾਉਣਗੇ। ਧੰਨਵਾਦ ਵੀਰੋ ਇਸ ਵੀਡੀਓ ਨੂੰ ਪੂਰਾ ਦੇਖਣ ਲਈ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ। ਅਤੇ ਵੀਰੋ, ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਅਗਲੀ ਵੀਡੀਓ ਜੋ ਉਸ ਦੇ ਸੰਬੰਧੀ ਬਣਾਈ ਉਹ ਡਿਮਾਂਡ ਦੱਸਣਾ ਚਾਹੁੰਦੇ ਹੋ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਇੱਕ ਵਾਰੀ ਜ਼ਰੂਰ ਦੱਸੋ। ਅਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਹਦੇ ਬਾਰੇ ਵੀ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਂਡ ਲਾਈਕ ਕਰੋ।